ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਸ਼ਰਾਬ ਦੇ ਠੇਕਿਆਂ ਦੇ ਨਿਲਾਮ ਵਿੱਚ ਮਠ्ठा ਹੁੰਗਾਰਾ ਮਿਲ ਰਿਹਾ ਹੈ ਇੱਥੇ 9 ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣ ਦੇ ਬਾਵਜੂਦ ਸਾਰੇ ਠੇਕੇ ਨਿਲਾਮ ਨਹੀਂ ਹੋ ਸਕੇ ਸੋਮਵਾਰ ਨੂੰ ਵੀ ਸ਼ਹਿਰ ਵਿੱਚ ਰੰਦੇ ਬਾਈ ਠੇਕਿਆਂ ਦੀ ਨਿਲਾਮੀ ਲਈ ਰਾਖਵੀ ਕੀਮਤ 'ਚ 25% ਦੀ ਕਟੌਤੀ ਕਰਕੇ 9ਵੀਂ ਵਾਰ ਨਿਲਾਮੀ ਸਰਦੀ ਗਈ ਜਿਸ ਵਿੱਚ ਕਿਸੇ ਨੇ ਠੇਕਿਆਂ ਨੂੰ ਖਰੀਦਣ 'ਚ ਦਿਲਚਸਪੀ ਨਹੀਂ ਦਿਖਾਈ ਯੂਟੀ ਪ੍ਰਸ਼ਾਸਨ ਦੇ ਕਾਰ ਅਤੇ ਆਪਕਾਰੀ ਵਿਭਾਗ ਸ਼ਹਿਰ ਦੇ 95 ਠੇਕਿਆਂ 'ਚੋਂ 73 ਠੇਕੇ ਹੀ ਨਿਲਾਮ ਕਰਨ 'ਚ ਕਾਮਯਾਬ ਹੋਏ ਯੂਟੀ ਦੇ ਕਾਰਾਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਠੇਕੇ ਨਿਲਾਮ ਨਹੀਂ ਹੁੰਦੇ ਉਹ ਤੱਕ ਨਿਲਾਮੀ ਜਾਰੀ ਰਹੇਗੀ ਪਹਿਲੀ ਵਾਰ ਹੋਵੇਗਾ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਸਮੇਂ ਰਾਖਵੀ ਕੀਮਤ 'ਤੇ 25% ਦੀ ਘਟੋਤੀ ਕੀਤੀ ਗਈ ਹੈ ਤੇ ਇਸ ਦੇ ਬਾਵਜੂਦ ਵੀ ਕੋਈ ਖਰੀਦਦਾਰ ਨਾ ਮਿਲ ਰਿਹਾ ਹੋਵੇ ਉਧਰ ਸ਼ਰਾਬ ਦੇ ਠੇਕੇਦਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਆਪਕਾਰੀ ਨੀਤੀ ਦੇ ਮੁਕਾਬਲੇ ਯੂਟੀ ਦੀ ਆਪਕਾਰੀ ਨੀਤੀ ਪੂਰੀ ਤਰ੍ਹਾਂ ਸਫਲ ਹੋ ਗਈ ਹੈ ਪੰਜਾਬ 'ਚ ਸ਼ਰਾਬ ਦਾ ਖੁੱਲਾ ਕੋਟਾ ਹੈ ਪਰ ਚੰਡੀਗੜ੍ਹ ਵਿੱਚ ਕੋਟਾ ਤੈ ਕੀਤਾ ਗਿਆ ਹੈ ਉੱਥੇ ਲਾਇਸੈਂਸ ਫੀਸ ਚੰਡੀਗੜ੍ਹ ਦੇ ਮੁਕਾਬਲੇ ਘਟਾ ਪੰਜਾਬ ਤੇ ਪੰਚਕੂਲਾ ਦੇ ਵਿੱਚ ਸ਼ਰਾਬ ਦੀ ਕੀਮਤਾਂ ਚੰਡੀਗੜ੍ਹ ਦੇ ਮੁਕਾਬਲੇ ਘਟਣੇ ਜਦਕਿ ਪਹਿਲਾਂ ਚੰਡੀਗੜ੍ਹ 'ਚ ਮੁਕਾਬਲੇ ਸਸਤੇ ਹੁੰਦੇ ਸੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਘਰ ਵਿੱਚ ਸ਼ਰਾਬ ਰੱਖਣ ਦੇ ਲਾਇਸੈਂਸ ਬਣਾਉਣ ਦੀ ਫੀਸ 'ਚ ਕਟੌਤੀ ਕਰ ਦਿੱਤੀ ਅਤੇ ਘਰ 'ਚ ਸ਼ਰਾਬ ਰੱਖਣ ਦਾ ਕੋਟਾ ਵੀ ਵਧਾ ਦਿੱਤਾ ਹੈ ਯੂਟੀ ਪ੍ਰਸ਼ਾਸਨ ਦੇ ਕਾਰ ਅਤੇ ਆਪਕਾਰੀ ਵਿਭਾਗ ਨੇ ਵਿੱਤੀ ਬਰੇ 2023 ਤੇ 24 'ਚ ਆਪਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਕਾਰ ਅਤੇ ਆਪਕਾਰੀ ਵਿਭਾਗ ਨੇ ਸ਼ਹਿਰ 'ਚ 7 ਵਾਰ ਨਿਲਾਮੀ ਦੌਰਾਨ 95 'ਚੋਂ 73 ਠੇਕੇ ਨਿਲਾਮ ਕਰਕੇ 370 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ